ਹੈਲੋ ਫਰੈਂਡਸ ਵੈਲਕਮ ਟੂ ਆਮ ਆਦਮੀ ਬ੍ਰੇਨ YouTube ਚੈਨਲ ਸਟੂਡੈਂਟ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ 1664 ETTD ਅਧਿਕਾਰੀਆਂ ਦੀਆਂ ਪੋਸਟਾਂ ਸੰਬੰਧੀ ਸਲੀਪਸ ਦੀ ਤਿਆਰੀ ਕਰਵਾਈ ਜਾ ਰਹੀ ਹੈ ਤੇ ਉਸੇ ਸੀਰੀਜ਼ ਦੇ ਤਹਿਤ ਸਟੂਡੈਂਟਸ ਅੱਜ ਅਸੀਂ ਲੈ ਕੇ ਆਏ ਹਾਂ ਸਾਇੰਸ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਮੈਟਰ ਇਨ आवर ਸਰੌਂਡਿੰਗ ਸਾਡੇ ਆਲੇ ਦੁਆਲੇ ਦੇ ਪਦਾਰਥ ਸਟੂਡੈਂਟ ਇਸ ਵੀਡੀਓ ਦੇ ਵਿੱਚ ਅਸੀਂ ਟੋਟਲ 20 MCQ ਕਰਾਂਗੇ ਤੇ ਸਟੂਡੈਂਟ ਇਸ 20 एमसीक्यूज ਦੇ ਵਿੱਚ ਤੁਹਾਨੂੰ ਹਰ ਇੱਕ एमसीक्यू ਦੀ ਬਹੁਤ ਚੰਗੀ ਤਰ੍ਹਾਂ ਡਿਟੇਲ ਇਨਫੋਰਮੇਸ਼ਨ ਦਿੱਤੀ ਜਾਏਗੀ ਜਿਸ ਦੇ ਨਾਲ ਤੁਹਾਡੇ ਬਾਕੀ ਦੇ ਟੌਪਿਕ ਵੀ ਕਲੀਅਰ ਹੋ ਜਾਣਗੇ ਤਾਂ ਸਟੂਡੈਂਟ ਜਿਆਦਾ ਸਮਾਂ ਨਹੀਂ ਗਵਾਉਂਦੇ ਸ਼ੁਰੂ ਕਰਦੇ ਆ ਪਹਿਲਾ ਕੁਐਸਚਨ ਤਾਂ ਸਟੂਡੈਂਟ ਸਾਡਾ ਪਹਿਲਾ ਕੁਐਸਚਨ ਹੈ ਹੇਅਰ ਲਿਗਮ ਵਿੱਚੋਂ ਕਿਹੜਾ ਮਾਦਾ ਨਹੀਂ ਹੈ ਤਾਂ ਸਟੂਡੈਂਟ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਾਦਾ ਕੀ ਹੁੰਦਾ ਹੈਗਾ ਸਟੂਡੈਂਟ ਮਾਦਾ ਦੀ ਜੋ ਡਿਫੀਨੇਸ਼ਨ ਹੈ ਕਿ ਕੋਈ ਵੀ ਪਦਾਰਥ ਜੋ ਥਾਂ ਘੇਰਦਾ ਹੈ ਜੋ ਥਾਂ ਘੇਰਦਾ ਹੈ ਅਤੇ ਸਟੂਡੈਂਟ ਜਿਸ ਦਾ ਪੁੰਜ ਹੋਵੇਗਾ ਜਿਸ ਨੂੰ ਤੁਸੀਂ ਮਾਸ ਕਹਿ ਸਕਦੇ ਹੋ ਤਾਂ ਉਸ ਪਦਾਰਥ ਨੂੰ ਅਸੀਂ ਮਾਦਾ ਕਹਾਂਗੇ ਸਿੰਪਲ ਡੈਫੀਨੇਸ਼ਨ ਇਹ ਜੋ ਮੈਟਰ ਦੀ ਉਹ ਇਹ ਹੈ ਕਿ ਕੋਈ ਵੀ ਪਦਾਰਥ ਜੋ ਥਾਂ ਘੇਰਦਾ ਹੈ ਅਤੇ ਜਿਸ ਦਾ ਪੁੰਜ ਹੋਵੇਗਾ ਉਸ ਨੂੰ ਅਸੀਂ ਮਾਦਾ ਕਹਾਂਗੇ ਤਾਂ ਸਟੂਡੈਂਟ ਕੁਐਸਚਨ ਹੈ ਇਹਦੇ ਵਿੱਚ ਕਿਹੜਾ ਮਾਦਾ ਨਹੀਂ ਹੈ ਤਾਂ ਸਟੂਡੈਂਟ ਕੀ ਹਵਾ ਥਾਂ ਘੇਰਦੀ ਹੈ ਬਿਲਕੁਲ ਜੀ ਹਵਾ ਥਾਂ ਘੇਰਦੀ ਹੈ ਤੁਸੀਂ ਜੇਕਰ ਹਵਾ ਨੂੰ ਇੱਕ ਬੈਲੂਨ ਦੇ ਵਿੱਚ ਪਾ ਦੋ ਤਾਂ ਜਿੰਨੀ ਜਗ੍ਹਾ ਉਹ ਬੈਲੂਨ ਕਵਰ ਕਰੇਗਾ ਮੀਨਸ ਉਹ ਜਗ੍ਹਾ ਉਸ ਹਵਾ ਨੇ ਕਵਰ ਕੀਤੀ ਹੈ ਦੂਜਾ ਸਟੂਡੈਂਟ ਪਾਣੀ ਪਾਣੀ ਵੀ ਬਿਲਕੁਲ ਥਾਂ ਘੇਰਦਾ ਹੈ ਤਾਂ ਸਟੂਡੈਂਟ ਮਿੱਟੀ ਮਿੱਟੀ ਵੀ ਬਿਲਕੁਲ ਥਾਂ ਘੇਰਦੀ ਹੈ ਤਿੰਨ ਦਾ ਪੁੰਜ ਵੀ ਹੈ ਪਾਣੀ ਦਾ ਵੀ ਭਾਰ ਹੁੰਦਾਗਾ ਮਿੱਟੀ ਦਾ ਵੀ ਭਾਰ ਹੁੰਦਾ ਤੇ ਹਵਾ ਦਾ ਵੀ ਭਾਰ ਹੁੰਦਾ ਪਰ ਸਟੂਡੈਂਟ ਪ੍ਰਕਾਸ਼ ਲਾਈਟ ਸਾਡੇ ਲਈ ਵੀ ਕਿਹੋ ਜਿਹਾ ਪਦਾਰਥ ਹੈ ਜਿਹੜਾ ਥਾਂ ਨਹੀਂ ਘੇਰਦਾ ਤੇ ਲਾਈਟ ਦਾ ਕੋਈ ਪੁੰਜ ਜਾਂ ਭਾਰ ਵੀ ਨਹੀਂ ਹੁੰਦਾ ਤਾਂ ਕਰਕੇ ਸਟੂਡੈਂਟ ਸਾਡੇ ਇਸ ਕੁਐਸਚਨ ਦਾ ਅਨਸਰ ਬਣੇਗਾ ਪ੍ਰਕਾਸ਼ ਹੋਰ ਕਿਹੜੀਆਂ ਵਸਤੂ ਹਨ ਜਿਹੜੀਆਂ ਮਾਦਾ ਨਹੀਂ ਹਨ ਤਾਂ ਸਟੂਡੈਂਟ ਤੁਸੀਂ ਯਾਦ ਰੱਖੋਗੇ ਕਿ ਧੁਨੀ ਸਾਊਂਡ ਮਾਦਾ ਨਹੀਂ ਹੈ ਤੇ ਸਾਡੇ ਥਾਟ ਸਾਡੇ ਵਿਚਾਰ ਇਹ ਵੀ ਮਾਦਾ ਨਹੀਂ ਕਲੀਅਰ ਸਟੂਡੈਂਟ ਚੱਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਭੌਤਿਕ ਵਸਤਾਂ ਦੇ ਅਧਾਰ ਤੇ ਮਾਦੇ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਸਟੂਡੈਂਟ ਭੌਤਿਕ ਅਵਸਥਾ ਦੇ ਆਧਾਰ ਤੇ ਮਾਦੇ ਨੂੰ ਤਿੰਨ ਅਵਸਥਾ ਦੇ ਵਿੱਚ ਵੰਡਿਆ ਗਿਆ ਹੈ ਤੁਹਾਨੂੰ ਪਤਾ ਹੋਵੇਗਾ ਪਹਿਲਾ ਹੈ ਸਟੂਡੈਂਟ ਸੋਸ ਦੂਜਾ ਤਰਲ ਤੇ ਤੀਜਾ ਗੈਸ ਤਾਂ ਸਟੂਡੈਂਟ ਕਈ ਵਾਰ ਕੁਸਚਨ ਇਹ ਆ ਜਾਂਦਾ ਕਿ ਰਸਾਇਣਿਕ ਅਵਸਥਾ ਦੇ ਆਧਾਰ ਤੇ ਮਾਦੇ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਸਟੂਡੈਂਟ ਜੇਕਰ ਰਸਾਇਣਿਕ ਆਧਾਰ ਤੇ ਪੁੱਛਿਆ ਜਾਵੇ ਤਾਂ ਵੀ ਤਿੰਨ ਹੀ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਪਰ ਉੱਥੇ ਜੋ ਨਾਮ ਨੇ ਸਟੂਡੈਂਟ ਉਹ ਤੁਹਾਡੇ ਹੋਣਗੇ ਪਹਿਲਾ ਨਾਮ ਹੋਏਗਾ ਸਟੂਡੈਂਟ ਤੱਤ ਦੂਜਾ ਹੋਏਗਾ ਜੋਗਿਕ ਤੇ ਸਟੂਡੈਂਟ ਤੀਜਾ ਹੋਏਗਾ ਮਿਸ਼ਰਣ ਕਲੀਅਰ ਸਟੂਡੈਂਟ ਸੋ ਇਸ ਦਾ ਅਨਸਰ ਬਣੇਗਾ ਭੌਤਿਕ ਅਵਸਥਾ ਦੇ ਅਧਾਰ ਤੇ ਵੀ ਤਿੰਨ ਭਾਗਾਂ ਚ ਵੰਡਦੇ ਹਾਂ ਤੇ ਰਸਾਇਣਕ ਅਵਸਥਾ ਦੇ ਅਧਾਰ ਤੇ ਵੀ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਚੱਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਠੋਸ ਪਦਾਰਥਾਂ ਦਾ ਸਭ ਤੋਂ ਮੁੱਖ ਲੱਛਣ ਕਿਹੜਾ ਹੈ ਸਟੂਡੈਂਟ ਤੁਹਾਨੂੰ ਪਤਾ ਹੈ ਕਿ ਮਾਤ ਦੀਆਂ ਤਿੰਨ ਅਵਸਥਾਵਾਂ ਨੇ ਠੋਸ ਤਰਲ ਅਤੇ ਗੈਸ ਪਰ ਠੋਸ ਪਦਾਰਥ ਦਾ ਸਭ ਤੋਂ ਮੁੱਖ ਲੱਛਣ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਕੋਈ ਪਦਾਰਥ ਠੋਸ ਹੈ ਤਾਂ ਉਸ ਦਾ ਸਭ ਤੋਂ ਮੁੱਖ ਲੱਛਣ ਹੋਏਗਾ ਸਟੂਡੈਂਟ ਕਠੋਰਤਾ ਠੋਸ ਸਭ ਤੋਂ ਵੱਧ ਕਠੋਰ ਹੁੰਦੇ ਨੇ ਇਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਨਾ ਹੀ ਇਹ ਸੁਗੜਦੇ ਨੇ ਨਾ ਹੀ ਪਾਣੀ ਦੇ ਮਾਗੂ ਵਗਦੇ ਨੇ ਤੇ ਨਾ ਹੀ ਇਹ ਉਬਲਦੇ ਨੇ ਤਾਂ ਸਟੂਡੈਂਟ ਠੋਸ ਪਦਾਰਥ ਦਾ ਸਭ ਤੋਂ ਪਹਿਲਾ ਲੱਛਣ ਜੋ ਉਸ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਉਹ ਹੈ ਕਠੋਰਤਾ ਤਾਂ ਕਿ ਸਟੂਡੈਂਟ ਇਸ ਦਾ ਆਨਸਰ ਬਣੇਗਾ ਆਪਸ਼ਨ ਸੀ ਚਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਮਾਧ્ય ਦੀ ਅਵਸਥਾ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ ਸਟੂਡੈਂਟ ਮਾਧ્ય ਦੀ ਅਵਸਥਾ ਬਦਲਣ ਦਾ ਮਤਲਬ ਹੈ ਕਿ ਅਸੀਂ ਠੋਸ ਨੂੰ ਤਰਲ ਦੇ ਵਿੱਚ ਠੋਸ ਨੂੰ ਤਰਲ ਵਿੱਚ ਕਿਵੇਂ ਬਦਲ ਸਕਦੇ ਹਾਂ ਜਾਂ ਫਿਰ ਤਰਲ ਨੂੰ ਗੈਸ ਦੇ ਵਿੱਚ ਕਿਵੇਂ ਬਦਲ ਸਕਦੇ ਹਾਂ ਸੋ ਕੁਐਸਚਨ ਦਾ ਮੀਨਿੰਗ ਤੁਹਾਨੂੰ ਸਮਝ ਆ ਗਿਆ ਹੋਵੇਗਾ ਤਾਂ ਮਾਧ્ય ਦੀ ਅਵਸਥਾ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ ਤਾਂ ਸਟੂਡੈਂਟ ਸਾਡੇ ਕੋਲੇ অপਸ਼ਨ ਹਨ ਇਹ ਤਾਮਨ ਬਦਲ ਕੇ ਦਵਾ ਬਦਲ ਕੇ ਸਥੇ ਦਾ ਖੇਤਰੋਂ ਬਦਲ ਕੇ ਇਹ ਤੇ ਵੀ ਸਟੂਡੈਂਟ ਦੇਖੋ ਤਾਮਨ ਬਦਲ ਕੇ ਵੀ ਅਸੀਂ ਮਾਦੇ ਦੀ ਵਿਸਥਾ ਨੂੰ ਬਦਲ ਸਕਦੇ ਹਾਂ ਫੋਰ ਏਗਜ਼ਾਮਪਲ ਸਟੂਡੈਂਟ ਜੇਕਰ ਅਸੀਂ ਪਾਣੀ ਨੂੰ ਗਰਮ ਕਰੀਏ ਤਾਂ ਉਹ ਗੈਸ ਬਦਲ ਜਾਂਦਾ ਪਾਫ ਚ ਬਦਲ ਜਾਂਦਾ ਕਲੀਅਰ ਸਟੂਡੈਂਟ ਦਬਾ ਕੇ ਸਟੂਡੈਂਟ ਜਦੋਂ ਗੈਸਾਂ ਨੂੰ ਦਬਾਇਆ ਜਾਂਦਾ ਹੈ ਤਾਂ ਗੈਸਾਂ ਤਰਲ ਦੇ ਵਿੱਚ ਬਦਲ ਜਾਂਦੀਆਂ ਨੇ ਤਾਂ ਮੀਨਸ ਇਹ ਦੋਨੋਂ ਇਸ ਤਰ੍ਹਾਂ ਦੇ ਮੈਥਡ ਨੇ ਜਿਨ੍ਹਾਂ ਦੇ ਨਾਲ ਅਸੀਂ ਕਿਸੇ ਵੀ ਮਾਧ ਦੀ ਅਵਸਥਾ ਨੂੰ ਠੋਸ ਤੋਂ ਤਰਲ ਜਾਂ ਤਰਲ ਤੋਂ ਗੈਸ ਜਾਂ ਗੈਸ ਤੋਂ ਠੋਸ ਦੇ ਵਿੱਚ ਬਦਲ ਸਕਦੇ ਹਾਂ ਸਤਹੀ ਖੇਤਰਫਲ ਦਾ ਕੋਈ ਅਸਰ ਨਹੀਂ ਪੈਂਦਾ ਸਟੂਡੈਂਟ ਧਰ ਕੇ ਸਾਡਾ ਆਨਸਰ ਬਣੇਗਾ অপਸ਼ਨ ਡੀ ਚਲਦੇ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਠੋਸ ਦੇ ਅਣੂਆਂ ਦੀ ਰਵਿਆ ਵਿੱਚ ਨਿਯਮਬੰਦ ਤਰਤੀਬ ਨੂੰ ਕੀ ਕਿਹਾ ਜਾਂਦਾ ਹੈ ਸਟੂਡੈਂਟ ਜੇਕਰ ਤੁਸੀਂ ਠੋਸ ਦੀ ਸ਼ਕਲ ਬਣਾਉਂਗੇ ਤਾਂ ਇਸ ਨੂੰ ਪਲੀਜ਼ 2 ਮਿੰਟ ਸਮਝਣ ਦੀ ਕੋਸ਼ਿਸ਼ ਕਰੋ ਜੇਕਰ ਠੋਸ ਦੀ ਸ਼ਕਲ ਬਣਾਉਣੇ ਤਾਂ ਠੋਸ ਦੇ ਜਿਹੜੇ ਪਾਰਟੀਕਲ ਨੇ ਉਹ ਇੱਕ ਦੂਜੇ ਬਹੁਤ ਜ਼ਿਆਦਾ ਨੇੜੇ ਹੁੰਦੇ ਨੇ ਜੇਕਰ ਤੁਸੀਂ ਗੈਸ ਦੀ ਸ਼ਕਲ ਬਣਾਉਣੇ ਹੋ ਗੈਸ ਦੇ ਪਾਰਟੀਕਲ ਬਣਾਉਣੇ ਤਾਂ ਇੱਕ ਦੂਜੇ ਤੋਂ ਦੂਰ ਹੋਣਗੇ ਤੇ ਜੇਕਰ ਤੁਸੀਂ द्रਵ ਦੀ ਬਣਾਉਣੇ ਹੋ ਤਾਂ ਸਟੂਡੈਂਟ द्रਵ ਦੇ ਥੋੜੇ ਜੇ ਨਜ਼ਦੀਕ ਹੁੰਦੇ ਨੇ ਗੈਸ ਦੀ ਤੁਲਨਾ ਦੇ ਵਿੱਚ ਤਾਂ ਸਟੂਡੈਂਟ ਇਹ ਜਿਹੜੇ ਪਾਰਟੀਕਲ ਨੇ ਇਹ ਇੱਕ ਤਰਤੀਬ ਦੇ ਵਿੱਚ ਲੱਗੇ ਹੁੰਦੇ ਨੇ ਜਦੋਂ ਵੀ ਤੁਸੀਂ ਕਿਸੇ ਠੋਸ ਜਾਂ ਤਰਲ ਦਾ ਸਟ੍ਰਕਚਰ ਦੇਖਦੇ ਹੋ ਤਾਂ ਉਸ ਦੇ ਵਿੱਚ ਜਿਹੜੇ ਪਾਰਟੀਕਲ ਨੇ ਉਹ ਇੱਕ ਤਰਤੀਬ ਦੇ ਵਿੱਚ ਲੱਗੇ ਹੁੰਦੇ ਨੇ ਜਿਸ ਦੇ ਨਾਲ ਉਸ ਦਾ ਆਕਾਰ ਜਾਂ ਸਟ੍ਰਕਚਰ ਬਣਦੀ ਹੈ ਤਾਂ ਸਟੂਡੈਂਟ ਉਸ ਤਰਤੀਬ ਨੂੰ ਅਸੀਂ ਕਹਿੰਦੇ ਹਾਂ ਲੇਟਿਸ ਥ੍ਰੀ ਸਟੂਡੈਂਟ ਉਸ ਤਰਤੀਬ ਨੂੰ ਸਟੂਡੈਂਟ ਕਿਹਾ ਜਾਂਦਾ ਹੈ ਲੇਟਿਸ क्लीज स्टूडेंट चलते हैं तौर पर मिलनेगा यौगिक मैं तो इसकी इग्जाम्पल दिना स्टूडेंट देखो मेरल दो तत्त ने मान लो एक मेरल हाइड्रोजन है तूजा है सल्फर जो तो हाइड्रोजन सल्फरिया करेगा स्टूडेंट तो हाइड्रोजन सल्फाइड बनेगा यही एक साथ लगे यौगिक है इस तरीके स्टूडेंट जेकर कार्बन ऑक्सीजन मिलाओगे तो बनेगा कार्बन डायऑक्साइड यही सागिक है स्टूडेंट कार्बन की ऑक्सीजन के न जो क्रिया हो रही है वह रसायनिक तौर तो पर हो रही है त करके जो बनेगा उसगिक कहे ਕਲੀਅਰ ਸਟੂਡੈਂਟ ਸਟੂਡੈਂਟ ਮਿਸ਼ਰਣ ਬਣ ਵਾਸਤੇ ਰਸਾਇਣਕ ਕਿਰਿਆ ਦੀ ਲੋੜ ਨਹੀਂ ਹੁੰਦੀ ਜੇਕਰ ਕੁਸਚਨ ਆਏ ਇਹੀ ਹੋਵੇ ਕਿ ਦੋ ਦੋ ਤਰ੍ਹਾਂ ਦੇ ਪਦਾਰਥਾਂ ਨੂੰ ਭੌਤਿਕ ਤੌਰ ਤੇ ਮਿਲਾਨ ਨਾਲ ਕੀ ਬਣੇਗਾ ਤਾਂ ਸਟੂਡੈਂਟ ਦਾ ਅਨਸਰ ਆਏਗਾ ਮਿਸ਼ਰਣ ਐਗਜ਼ਾਮਪਲ ਕੀ ਹੈ ਸਟੂਡੈਂਟ ਭੌਤਿਕ ਤੌਰ ਤੇ ਮਿਲਾਨ ਦਾ ਮਤਲਬ ਹੈ ਕਿ ਉਸ ਵਿੱਚ ਕਿਸੇ ਤਰ੍ਹਾਂ ਦੀ ਲੈਬ ਜਾਂ ਲੈਬੋਰੀ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਜੇਕਰ ਸਟੂਡੈਂਟ ਪਾਣੀ ਦੇ ਵਿੱਚ ਨਮਕ ਮਿਲਾ ਦੋ ਪਾਣੀ ਦੇ ਵਿੱਚ ਨਮਕ ਮਿਲਾਉ ਤਾਂ ਸਟੂਡੈਂਟ ਇਸ ਨੂੰ ਭੌਤਿਕ ਤੌਰ ਤੇ ਮਿਲਾਉਣਾ ਕਹਿੰਦੇ ਨੇ ਪਾਣੀ ਦੇ ਵਿੱਚ ਨਮਕ ਦਾ ਕੋਈ ਵੀ ਫਾਰਮੂਲਾ ਨਹੀਂ ਹੁੰਦਾ ਤੁਸੀਂ ਇੱਥੇ ਇਹ ਵੀ ਯਾਦ ਰੱਖੋਗੇ ਕਿ ਜਿੰਨੇ ਵੀ ਯੋਗਿਕ ਨੇ ਉਹਨਾਂ ਦਾ ਇੱਕ ਨਿਸ਼ਚਿਤ ਫਾਰਮੂਲਾ ਹੁੰਦਾ ਹੈ ਇਸ ਦੀ ਗੱਲ ਆਪਾਂ ਅਗਲੇ ਕੁਐਸਚਨ 'ਚ ਵੀ ਕਰਾਂਗੇ ਸਟੂਡੈਂਟ ਸੋ ਇੱਥੇ ਜੋ ਸਾਡਾ ਆਨਸਰ ਆਏਗਾ ਉਹ ਬਣੇਗਾ ਯੋਗਿਕ ਤੁਸੀਂ ਯਾਦ ਰੱਖਣਾ ਹੈ ਕਿ ਜਦੋਂ ਰਸਾਇਣਿਕ ਤੌਰ ਤੇ ਮਿਲਾਏ ਗਏ ਨੇ ਤਾਂ ਯੋਗਿਕ ਬਣੇਗਾ ਜੇਕਰ ਭੌਤਿਕ ਤੌਰ ਤੇ ਮਿਲਾਏ ਜਾਣ ਤਾਂ ਮਿਸ਼ਰਣ ਬਣੇਗਾ ਚਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ 8 ਲਿਖਾਂ ਵਿੱਚੋਂ ਕਿਸ ਦਾ ਨਿਸ਼ਚਿਤ ਫਾਰਮੂਲਾ ਹੁੰਦਾ ਹੈ ਸਟੂਡੈਂਟ ਬਹੁਤ ਇੰਪੋਰਟੈਂਟ ਹੈ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰੇਗਾ ਨਿਸ਼ਚਿਤ ਫਾਰਮੂਲਾ ਸਟੂਡੈਂਟ ਕਿਸ ਦਾ ਹੋਏਗਾ ਨਿਸ਼ਚਿਤ ਫਾਰਮੂਲਾ ਮੈਂ ਇਸ਼ਾਹੀ ਜੋਗਿਕ ਦਾ ਹੋਏਗਾ ਸਟੂਡੈਂਟ ਇੱਥੇ ਤੁਸੀਂ ਜੋਗਿਕ ਤੇ ਮਿਸ਼ਰਣ 'ਚ ਫਰਕ ਨੂੰ ਸਮਝੋ ਸਟੂਡੈਂਟ ਜੋਗਿਕ ਕੀ ਹੈ ਦੇਖੋ ਸਟੂਡੈਂਟ ਜੇਕਰ ਮੈਂ ਕਹਾ ਕਿ CO2 ਇਹ ਇੱਕ ਜੋਗਿਕ ਹੈ ਜੇਕਰ ਮੈਂ ਕਹਾ CH4 ਮੀਥੇਨ ਤਾਂ ਇਹ ਵੀ ਇੱਕ ਜੋਗਿਕ ਹੈ ਪਰ ਸਟੂਡੈਂਟ ਜੇਕਰ ਮੈਂ ਗਲ ਕਰਾਂ ਹਵਾ ਦੀ ਕਿ ਹਵਾ ਇੱਕ ਜੋਗਿਕ ਹੈ ਨਹੀਂ ਸਟੂਡੈਂਟ ਹਵਾ ਇੱਕ ਮਿਸ਼ਰਣ ਹੈ ਹੁਣ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੋਈ ਚੀਜ਼ ਯੋਗਿਕ ਹੈ ਜਾਂ ਕੋਈ ਮਿਸ਼ਰਣ ਸਟੂਡੈਂਟ ਜੇਕਰ ਦਾ ਕਿਸੇ ਪਦਾਰਥ ਦਾ ਫਿਕਸ ਫਾਰਮੂਲਾ ਹੋਵੇ ਜੇਕਰ ਫਾਰਮੂਲਾ ਹੋਏਗਾ ਤਾਂ ਉਹ ਯੋਗਿਕ ਹੀ ਕਹਾਏਗਾ ਜੇਕਰ ਫਾਰਮੂਲਾ ਨਹੀਂ ਹੈ ਤਾਂ ਉਹ ਮਿਸ਼ਰਣ ਹੋਏਗਾ ਸੋ ਉਸਕੇ ਦੇਖੋ ਕਿ ਤੁਹਾਨੂੰ ਹਵਾ ਦਾ ਫਾਰਮੂਲਾ ਪਤਾ ਹੈ ਨਹੀਂ ਸਟੂਡੈਂਟ ਹਵਾ ਦਾ ਕੋਈ ਫਾਰਮੂਲਾ ਨਹੀਂ ਹੈ ਪਰ ਤੁਹਾਨੂੰ ਆਕਸੀਜਨ ਦਾ ਫਾਰਮੂਲਾ ਵੀ ਪਤਾ ਹੈ ਇਹ ਇੱਕ ਯੋਗਿਕ ਹੈ ਤੁਹਾਨੂੰ ਕਾਰਬਨ ਡਾਈਆਕਸਾਈਡ ਦਾ ਫਾਰਮੂਲਾ ਵੀ ਪਤਾ ਹੈ ਇਹ ਇੱਕ ਯੋਗਿਕ ਹੈ ਤੁਹਾਨੂੰ ਪਾਣੀ ਦਾ ਫਾਰਮੂਲਾ ਵੀ ਪਤਾ ਹੈ ਇੱਕ ਜੋਗਿਕ ਹੈ ਤੁਹਾਨੂੰ ਕੈਲਸ਼ੀਅਮ ਕਾਰਬੋਨੇਟ ਜਿਸ ਨੂੰ ਸੰਗ ਮਰਮਰ ਦਾ ਪੱਥਰ ਕਹਿੰਦੇ ਆ ਸੀਏਸੀਓ3 ਇਸ ਦਾ ਫਾਰਮੂਲਾ ਵੀ ਪਤਾ ਹੈ ਇਹ ਇੱਕ ਜੋਗਿਕ ਹੈ ਤਾਂ ਸਟੂਡੈਂਟ ਇਸ ਤੋਂ ਇਹ ਕਲੀਅਰ ਹੁੰਦਾ ਹੈ ਕਿ ਜੋਗਿਕਾਂ ਦਾ ਇੱਕ ਨਿਸ਼ਚਿਤ ਫਾਰਮੂਲਾ ਹੋਵੇਗਾ ਮਿਸ਼ਰਣ ਦਾ ਕੋਈ ਵੀ ਫਾਰਮੂਲਾ ਨਹੀਂ ਹੋਵੇਗਾ ਮੈਨੂੰ ਦੱਸੋ ਕਿ ਜਦੋਂ ਤੁਸੀਂ ਪਾਣੀ ਦੇ ਵਿੱਚ ਨਮਕ ਮਿਲਾ ਦਿੰਨੇ ਹੋ ਤਾਂ ਕੀ ਕੋਈ ਫਾਰਮੂਲਾ ਇਸ ਦਾ ਬਣ ਜਾਂਦਾ ਨਹੀਂ ਸਟੂਡੈਂਟ ਜੇ ਤੁਸੀਂ ਨਮਕ ਦੇ ਵਿੱਚ ਰੇਤ ਮਿਲਾ ਦਿੰਨੇ ਹੋ कि कोई फार्मूला डिवेलप होएगा नहीं स्टूडेंट क्योंकि यह सारे मिश्रण ने हवा भी एक मिश्रण है पर पानी एक यौगिक है स्टूडेंट सो क्लीयर हो ना कि पानी में यौगिक क्यों कहने अजा हवा में मिश्रण क्यों कहने क्योंकि पानी का एक फिक्स फार्मूला है एच टू ओ कार्बन डाइक्साइड कैंसू योगिक क्यों कहने क्योंकि इसका एक फिक्स फार्मूला सीओ टू जिन्ह के फार्मूले बन गए उन्होंने ही असं यौगिक कहे सो क्वेश्चन सी हेडलैंड किसान निश्चित फार्मूला होंटूडेंट योगिक का ਚਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸਰਵ ਵਿਆਪੀ ਘੋਲਕ ਕਿਹਾ ਜਾਂਦਾ ਹੈ ਸਟੂਡੈਂਟ ਸਰਵ ਵਿਆਪੀ ਘੋਲਕ ਉਹ ਹੁੰਦਾ ਹੈ ਜਿਹੜਾ ਆਪਣੇ ਵਿੱਚ ਕਿਸੇ ਵੀ ਪਦਾਰਥ ਦੀ ਅਵਸਥਾ ਨੂੰ ਘੋਲ ਲਵੇ ਤੇ ਪਾਣੀ ਇੱਕ ਇਹੋ ਜਿਹਾ ਪਦਾਰਥ ਹੈ ਜਿਹੜਾ ਆਪਣੇ ਵਿੱਚ ਕਿਸੇ ਵੀ ਪਦਾਰਥ ਨੂੰ ਘੋਲ ਲੈਂਦਾ ਹੈ ਇਸ ਲਈ ਪਾਣੀ ਨੂੰ ਸਰਵ ਵਿਆਪੀ ਘੋਲਕ ਕਿਹਾ ਜਾਂਦਾ ਹੈ ਸਟੂਡੈਂਟ ਚਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ ਕਿਸ ਦੇ ਕਣਾਂ ਵਿੱਚ ਸਭ ਤੋਂ ਜ਼ਿਆਦਾ ਅਣਵੀ ਬਲ ਸਟੂਡੈਂਟ ਇਥੇ ਥੋੜਾ ਜਿਹਾ ਸਪੈਲਿੰਗ ਮਿਸਟੇਕ ਹੈ ਇਸ ਨੂੰ ਤੁਸੀਂ ਚੈੱਕ ਕਰੋਗੇ ਵਲ ਫੋਰਸ ਕਿਸ ਦੇ ਕਣ ਵਿੱਚ ਸਭ ਤੋਂ ਜ਼ਿਆਦਾ ਅਣਵੀ ਬਲ ਹੁੰਦਾ ਹੈ ਸਟੂਡੈਂਟ ਅਣਵੀ ਬਲ ਦਾ ਮਤਲਬ ਹੈ ਅਣੂਆਂ ਦੇ ਵਿਚਕਾਰ ਬਲ ਦੇਖੋ ਸਟੂਡੈਂਟ ਮੈਂ ਤੁਹਾਨੂੰ ਦੱਸਿਆ ਸੀ ਕਿ ਠੋਸ ਹੈ ਤਾਂ ਠੋਸ ਦੇ ਕਣ ਇੱਕ ਦੂਜੇ ਦੇ ਬਹੁਤ ਜ਼ਿਆਦਾ ਨੇੜੇ ਹੋਣਗੇ ਪਰ ਜੇ ਤਰਲ ਅਤੇ ਇਸ ਦੇ ਕਣ ਥੋੜੇ ਜਿਹੇ ਦੂਰ ਹੋਣਗੇ ਗੈਸ ਦੇ ਕਣ ਬਹੁਤ ਜ਼ਿਆਦਾ ਦੂਰ ਹੋਣਗੇ ਕਲੀਅਰ ਸਟੂਡੈਂਟ ਹੁਣ ਠੋਸ ਦੇ ਕਣ ਜੇਕਰ ਇੱਕ ਦੂਜੇ ਦੇ ਬਹੁਤ ਜ਼ਿਆਦਾ ਨੇੜੇ ਨੇ ਸਟੂਡੈਂਟ ਤਾਂ ਇਹਨਾਂ ਚ ਅਣੂ ਬਲ ਵੀ ਜ਼ਿਆਦਾ ਹੋਵੇਗਾ ਤੁਸੀਂ ਯਾਦ ਰੱਖਣਾ ਹੈ ਕਿ ਠੋਸ ਚ ਅਣੂ ਬਲ ਸਭ ਤੋਂ ਜ਼ਿਆਦਾ ਹੋਵੇਗਾ ਗੈਸ ਚ ਘੱਟ ਸੌਰੀ ਤਰਲ ਚ ਘੱਟ ਤੇ ਗੈਸ ਚ ਸਭ ਤੋਂ ਘੱਟ ਹੋਵੇਗਾ ਕਲੀਅਰ ਸਟੂਡੈਂਟ ਸੋ ਸਟੂਡੈਂਟ ਸਭ ਤੋਂ ਜ਼ਿਆਦਾ ਅਣੂ ਬਲ ਹੈ ਜਿਹੜਾ ਉਹ ਕਿਸ ਚ ਹੋਏਗਾ ਉਹ ਹੋਏਗਾ ਠੋਸ ਦੇ ਵਿੱਚ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ ਉਹੋ ਕਿਹੜੀ ਕਿਰਿਆ ਹੈ ਜਿਸ ਵਿੱਚ ਇੱਕ ਠੋਸ ਸਿੱਧਾ ਹੀ ਗੈਸ ਵਿੱਚ ਬਦਲ ਜਾਂਦਾ ਹੈ ਸਟੂਡੈਂਟ ਬਹੁਤ ਇੰਪੋਰਟੈਂਟ ਉਹ ਕਿਹੜੀ ਕਿਰਿਆ ਹੈ ਜਿਸ ਵਿੱਚ ਇੱਕ ਠੋਸ ਸਿੱਧਾ ਹੀ ਗੈਸ ਬਦਲ ਜਾਂਦਾ ਹੈ ਸਟੂਡੈਂਟ ਇਸ ਨੂੰ ਕੀ ਆਹ ਜਾਂਦਾ ਹੈ ਸਬਲੀਮੇਸ਼ਨ ਸਬਲੀਮੇਸ਼ਨ ਸਟੂਡੈਂਟ ਹੁਣ ਬਾਕੀ অপਸ਼ਨ ਦੀ ਗੱਲ ਕਰਦੇ ਬਾਸ਼ਪੀਕਰਨ ਕੀ ਹੈ ਸਟੂਡੈਂਟ ਬਾਸ਼ਪੀਕਰਨ ਹੈ ਕਿਸੇ ਵੀ ਤਰਲ ਦਾ ਗੈਸ ਦੇ ਵਿੱਚ ਬਦਲਣਾ ਪਲੀਜ਼ ਸਟੂਡੈਂਟ ਕਿਸੇ ਵੀ ਤਰਲ ਦਾ ਗੈਸ ਦੇ ਵਿੱਚ ਬਦਲਣਾ ਬਾਸ਼ਪੀਕਰਨ ਕਹਿੰਦਾ ਹੈ ਸੰਘਨਨ ਕੀ ਹੈ ਸਟੂਡੈਂਟ ਸੰਘਨਨ ਇਸ ਦਾ ਉਲਟ ਹੋਏਗਾ ਕਿਸੇ ਗੈਸ ਦਾ ਤਰਲ ਦੇ ਵਿੱਚ ਬਦਲੇ ਜਾਣਾ ਇਹ ਹੁੰਦਾ ਸੰਘਨਨ ਉਬਲਣ ਕੀ ਹੈ ਸਟੂਡੈਂਟ ਉਬਲਣ ਇੱਕ ਫਿਕਸ ਟੈਂਪਰੇਚਰ ਦੇ ਉੱਪਰ ਇੱਕ ਫਿਕਸ ਤਾਪਮਾਨ ਤੇ ਕਿਸੇ ਪਦਾਰਥ ਦਾ ਗੈਸ ਵਿੱਚ ਬਦਲੇ ਜਾਣਾ ਤੁਸੀਂ ਇਹ ਕਹਿ ਸਕਦੇ ਹੋ ਕਿਸੇ ਫਿਕਸ ਤਾਪਮਾਨ ਤੇ ਤਰਲ ਦਾ ਗੈਸ ਦੇ ਵਿੱਚ ਬਦਲੇ ਜਾਣਾ ਸਟੂਡੈਂਟ ਤੁਸੀਂ ਸੋਚ ਰਹੇ ਹੋਵੋਗੇ ਕਿ ਫਿਰ ਬਾਸ਼ਪੀਕਰਨ ਤੇ ਉਬਲਣ 'ਚ ਕੀ ਫਰਕ ਹੈ ਬਾਸ਼ਪੀਕਰਨ ਤੇ ਉਬਲਣ 'ਚ ਕੀ ਫਰਕ ਹੈ ਸਟੂਡੈਂਟ ਬਾਸ਼ਪੀ ਕਰਨ ਵਾਸਤੇ ਕਿਸੇ ਵੀ ਟੈਂਪਰੇਚਰ ਦੀ ਜ਼ਰੂਰਤ ਨਹੀਂ ਪੈਂਦੀ ਤਾਪਮਨ ਕੁਝ ਵੀ ਫਿਕਸ ਨਹੀਂ ਹੈ ਕਿਸੇ ਵੀ ਟੈਂਪਰੇਚਰ ਤੇ ਬਾਸ਼ਪੀਕਰਨ ਹੋ ਸਕਦਾ ਹੈ ਪਰ ਉਬਲਣ ਲਈ ਇੱਕ ਫਿਕਸ ਤਾਪਮਨ ਦੀ ਜ਼ਰੂਰਤ ਹੋਵੇਗੀ ਜੇਕਰ ਉਹ ਪਦਾਰਥ ਪਿਓਰ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਾਣੀ ਦਾ ਉਬਾਲ ਦਰਜਾ 100 ਡਿਗਰੀ ਸੈਲਸੀਅਸ ਹੈ ਇਸ ਨੂੰ ਉਬਲਣਾ ਕਹਿੰਦੇ ਹਨ ਸਟੂਡੈਂਟ ਨਾ ਕਿ ਬਾਸ਼ਪੀਕਰਨ ਹੋਣਾ ਬਾਸ਼ਪੀਕਰਨ ਵਾਸਤੇ ਕਿਸੇ ਵੀ ਤਾਪਮਾਨ ਦੀ ਜ਼ਰੂਰਤ ਪਰਟੀਕੂਲਰ ਖਾਸ ਤਾਪਮਾਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਸਟੂਡੈਂਟ ਸਾਡਾ ਕੁਐਸਚਨ ਸੀਗਾ ਕਿ ਉਹ ਜਿਹੜੀ ਕਿਰਿਆ ਹੈ ਜਿਸ ਵਿੱਚ ਕੋ ਠੋਸ ਸਿੱਧਾ ਹੀ ਗੈਸ ਵਿੱਚ ਬਦਲਦਾ ਉਸ ਨੂੰ ਸਬਲੀਮੇਸ਼ਨ ਕਹਿੰਦੇ ਹਨ ਸਟੂਡੈਂਟ ਦੇਖੋ ਤਾਂ ਆਪਾਂ ਆਮ ਦੇਖਦੇ ਹਾਂ ਕਿ ਪਹਿਲਾਂ ਜੇਕਰ ਠੋਸ ਨੂੰ ਗੈਸ ਵਿੱਚ ਬਦਲਣਾ ਤਾਂ ਠੋਸ ਪਹਿਲਾਂ ਤਰਲ ਵਿੱਚ ਬਦਲਦਾ ਤੇ ਤਰਲ ਤੋਂ ਬਾਅਦ ਜਾ ਕੇ ਗੈਸ ਵਿੱਚ ਬਦਲਦਾ ਪਰ ਸਟੂਡੈਂਟ ਇੱਥੇ ਕੀ ਹੋ ਰਿਹਾ ਕਿ ਠੋਸ ਸਿੱਧਾ ਹੀ ਗੈਸ ਦੇ ਵਿੱਚ ਬਦਲ ਰਿਹਾ ਕਲੀਅਰ ਸਟੂਡੈਂਟ ਜੇਕਰ ਠੋਸ ਸਿੱਧਾ ਹੀ ਗੈਸ ਦੇ ਵਿੱਚ ਬਦਲਦਾ ਹੈ ਸਟੂਡੈਂਟ ਤਾਂ ਉਸ ਨੂੰ ਕਿਹਾ ਜਾਂਦਾ ਹੈ ਸਬਲੀਮੇਸ਼ਨ ਕਲੀਅਰ ਸਟੂਡੈਂਟ ਹੁਣ ਕਿਹੜੇ ਕਿਹੜੇ ਪਦਾਰਥ ਨੇ ਜਿਹੜੇ ਸਬਲੀਮੇਸ਼ਨ ਦਿਖਾਉਂਦੇ ਨੇ ਕੈਂਫਰ ਤੁਸੀਂ ਸੁਣਾ ਹੋਊਗਾ ਸਟੂਡੈਂਟ ਕਪੂਰ ਕੈਂਫਰ ਕਿਹਾ ਜਾਂਦਾ ਜਾਂ ਕਪੂਰ ਕਿਹਾ ਜਾਂਦਾਗਾ ਜਾਂ ਫਿਰ ਸਟੂਡੈਂਟ ਅਮੋਨੀਅਮ ਕਲੋਰਾਇਡ ਅਮੋਨੀਅਮ ਕਲੋਰਾਇਡ ਸਟੂਡੈਂਟ ਜਦੋਂ ਤੁਸੀਂ ਅਮੋਨੀਅਮ ਕਲੋਰਾਈਡ ਜਾਂ ਕਪੂਰ ਨੂੰ ਦੇਖੋਗੇ ਇਸ ਨੂੰ ਗਰਮ ਕਰੋਗੇ ਤਾਂ ਸਟੂਡੈਂਟ ਇਹ ਤਰਲ ਹੋਏ ਬਿਨਾ ਸਿੱਧਾ ਹੀ ਸਟੂਡੈਂਟ ਇਹ ਠੋਸ ਤੋਂ ਸਿੱਧਾ ਹੀ ਗੈਸ ਚ ਬਦਲ ਜਾਂਦਾ ਤਾਂ ਸਟੂਡੈਂਟ ਤੁਹਾਡੇ ਇੱਥੇ ਯਾਦ ਰੱਖਣ ਵਾਲਾ ਕੀ ਕੁਝ ਹੈ ਉਹ ਇਹ ਹੈ ਕਿ ਸਬਲੀਮੇਸ਼ਨ ਕੀ ਹੁੰਦੀ ਆ ਜਦੋਂ ਪਦਾਰਥ ਸਿੱਧਾ ਠੋਸ ਤੋਂ ਗੈਸ ਚ ਬਦਲੇ ਦੂਜਾ ਤੁਹਾਡੇ ਯਾਦ ਰੱਖਣ ਵਾਲਾ ਹੈ ਸਟੂਡੈਂਟ ਕਿਹੜੇ ਕਿਹੜੇ ਪਦਾਰਥ ਸਬਲੀਮੇਸ਼ਨ ਸ਼ੋ ਕਰਦੇ ਨੇ ਤਾਂ ਤੁਹਾਡਾ ਆਨਸਰ ਬਣੇਗਾ ਸਟੂਡੈਂਟ ਕਪੂਰ ਤੇ ਅਮੋਨੀਅਮ ਕਲੋਰਾਈਡ ਕਲੀਅਰ ਸਟੂਡੈਂਟ ਚਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਸਟੂਡੈਂਟ ਜੇਕਰ ਜਾਣਕਾਰੀ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਾਅਦ ਉਹ ਸ਼ੇਅਰ ਕਰੋ ਇਸ ਵੀਡੀਓ ਇਸ ਚੈਨਲ ਦੇ ਉੱਪਰ ਅਸੀਂ ਮੈਥ ਸਾਇੰਸ ਐਸਐਸਟੀ ਨਾਗਰਿਕ ਸ਼ਾਸਤਰ ਦੀਆਂ ਬਹੁਤ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ ਜੋ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀਆਂ ਨੇ ਪਲੀਜ਼ ਉਹਨਾਂ ਨੂੰ ਵੀ ਜਾ ਕੇ ਜ਼ਰੂਰ ਦੇਖੋ ਚਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਉਹ ਕਿਰਿਆ ਜਿਸ ਤਹਿਤ ਠੰਡੇ ਪਾਣੀ ਦੇ ਗਲਾਸ ਦੀ ਸਤ੍ਹਾ ਤੇ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਜਾਂਦੀਆਂ ਹਨ ਸਟੂਡੈਂਟ ਦੇਖੋ ਮੰਨ ਲਓ ਮੇਰੇ ਕੋਲ ਇੱਕ ਪਾਣੀ ਦਾ ਗਲਾਸ ਹੈ ਇਸ ਵਿੱਚ ਠੰਡਾ ਪਾਣੀ ਹੈ ਤਾਂ ਤੁਸੀਂ ਦੇਖਦੇ ਹੋ ਜਦੋਂ ਇਹ ਪਾਣੀ ਦਾ ਗਲਾਸ ਕੁਝ ਸਮੇਂ ਲਈ ਪਿਆ ਰਹਿਦਾ ਹੈ ਤਾਂ ਇਸ ਦੀ ਸਤ੍ਹਾ ਦੇ ਬਾਹਰ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਜਾਂਦੀਆਂ ਹਨ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਤਾਂ ਸਟੂਡੈਂਟ ਇਸ ਕਿਰਿਆ ਨੂੰ ਕੀ ਕਹਿੰਦੇ ਨੇ ਦੇਖੋ ਜੀ ਇਸ ਕਿਰਿਆ ਨੂੰ ਕਿਹਾ ਜਾਂਦਾ ਹੈ ਸੰਗਨਨ ਕਿਉਂਕਿ ਜੋ ਹਵਾ ਦੇ ਵਿੱਚ ਜੋ ਪਾਣੀ ਦੇ ਗੈਸਿਕ ਕਣ ਨੇ ਉਹ ਕੀ ਹੋ ਰਹੇ ਨੇ ਉਹ ਤਰਲ ਦੇ ਵਿੱਚ ਬਦਲ ਰਹੇ ਨੇ ਇਹ ਕਣ ਕਿੱਥੋਂ ਆਉਂਦੇ ਨੇ ਸਟੂਡੈਂਟ ਇਹ ਕਣ ਹਵਾ ਦੇ ਵਿੱਚੋਂ ਹੀ ਆਉਂਦੇ ਨੇ ਹੁਣ ਤੁਸੀਂ ਦੇਖੋ ਸਟੂਡੈਂਟ ਮੰਨ ਲਓ ਇਹ ਮੇਰੇ ਲਈ ਪਾਣੀ ਦਾ ਗਲਾਸ ਹੈ ਬਹੁਤ ਜ਼ਿਆਦਾ ਠੰਡਾ ਹੈ ਜਦੋਂ ਇੱਥੋਂ ਹਵਾ ਕਰੋਸ ਕਰਦੀ ਹੈ ਸਟੂਡੈਂਟ ਤਾਂ ਹਵਾ ਜਦੋਂ ਇਸ ਦੇ ਨਾਲ ਟਕਰਾਉਂਦੀ ਹੈ ਤਾਂ ਪਾਣੀ ਹਵਾ ਵਿੱਚ ਜੋ ਪਾਣੀ ਹੁੰਦਾ ਹੈ ਉਹ ਇਸ ਗਲਾਸ ਦੇ ਸਤਹ ਦੇ ਉੱਪਰ ਲੱਗ ਜਾਂਦਾ ਹੈ ਤਾਂ ਸਟੂਡੈਂਟ ਜੋ ਗੈਸ ਹੈ ਉਹ ਕਿਸ ਚ ਬਦਲ ਰਹੀ ਹੈ ਉਹ ਬਦਲ ਰਹੀ ਹੈ ਸਟੂਡੈਂਟ ਤਰਲ ਦੇ ਵਿੱਚ ਸੋ ਗੈਸ ਦਾ ਤਰਲ ਦੇ ਵਿੱਚ ਬਦਲਣਾ ਕਹਾ ਹੁੰਦਾ ਹੈ ਸੰਗਨਨ ਕਲੀਅਰ ਸਟੂਡੈਂਟ ਚਲਦੇ ਆ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ 0 ਡਿਗਰੀ ਤੇ ਤੋਂ ਹੇਠਾਂ ਦੇ ਤਾਪਮਨ ਤੇ ਪਾਣੀ ਕਿਸ ਅਵਸਥਾ ਵਿੱਚ ਹੁੰਦਾ ਹੈ ਸਟੂਡੈਂਟ ਪਾਣੀ ਕਿਸ ਅਵਸਥਾ ਤੇ ਹੁੰਦਾ ਹੈ 0 ਡਿਗਰੀ ਤੋਂ ਹੇਠਾਂ ਸਿੰਪਲ ਜੀ ਗੱਲ ਹੈ ਸਟੂਡੈਂਟ ਉਹ ਹੋਏਗਾ ਥੋਸ ਕਿਉਂਕਿ 0 ਡਿਗਰੀ ਸੈਲਸੀਅਸ ਤੇ ਹੀ ਬਰਫ਼ਾ ਜਿਹੜੀ ਉਹ ਜੰਮਦੀ ਹੈ ਤਾਂ ਕਰਕੇ ਸਟੂਡੈਂਟ 0 ਡਿਗਰੀ ਸੈਲਸੀਅਸ ਤੇ यह ठोस होएगा। स्टूडेंट इतनी एक, जो एक बहुत बार गया है डिग्री सैलसीयस आंसर बनेगा फोर डिग्री सैलसीयस चार डिग्री सैलसीयस के उपर पानी सब तो वगना होगा क्लियर स्टूडेंट चलते हैं तापमान की एस आई इकई की है ਸਟੂਡੈਂਟ ਤਾਪਮਾਨ ਦੀ ਜੋ SI ਇਕਾਈ SI ਮਤਲਬ ਸਟੈਂਡਰਡ ਇਕਾਈ ਸਟੈਂਡਰਡ ਯੂਨਟ ਵੱਡੇ ਯੂਨਟ ਤਾਂ ਉਹ ਹੋਏਗੀ ਸਟੂਡੈਂਟ ਕੇਲਵਿਨ ਸਟੂਡੈਂਟ ਬਾਕੀ ਦੇ ਯੂਨਟ ਵੀ ਨੇ ਜਿਹੜੇ ਉਹ ਤਾਪਮਾਨ ਦੇ ਹੀ ਨਹੀਂ ਪਰ ਉਹ ਛੋਟੇ ਯੂਨਟ ਨੇ ਤੇ ਜੂਲ ਜਿਹੜੀ ਇਕਾਈ ਹੈ ਸਟੂਡੈਂਟ ਉਹ ਊਰਜਾ ਦੀ ਇਕਾਈ ਵੀ ਹੁੰਦੀ ਹੈ ਤੁਸੀਂ ਯਾਦ ਰੱਖੋਗੇ ਕਾਰਜ ਦੀ ਇਕਾਈ ਵੀ ਜੂਲ ਹੀ ਹੁੰਦੀ ਹੈ ਸਟੂਡੈਂਟ ਤੁਸੀਂ ਕਾਰਜ ਊਰਜਾ ਵਾਲਾ ਟੋਪਿਕ ਦੇਖ ਸਕਦੇ ਹੋ ਪਲੇਲਿਸਟ ਚ ਜਾ ਕੇ ਉੱਥੇ ਮੈਂ ਇਸ ਬਾਰੇ ਪੂਰੀ ਐਕਸਪਲੇਨੇਸ਼ਨ ਦਿੱਤੀ ਹੋਈ ਹੈ तो स्टूडेंट क्वेश्चन है कि तापमान दी ऐसा इकाई की है कैलविनट से सेल्सियस स्टूडेंट छोटे चलते हैं स्टूडेंट नैक्ट क्वेश्चन उपर सौ डिग्री सेल्सियस सैलसीयस कि बराबर है स्टूडेंट सौ डिग्री सेल्सियस है जरा तीन सौ तिहत्तर कैलविन के बराबर होंगे है स्टूडेंट सौ डिग्री सेल्सियस है जो तीन सौ तिहत्तर कैलबिन के बराबर होंगे है किमें याद रखोगे स्टूडेंट स्टूडेंट याद रखना है कि जो जीरो डिग्री सेल्सियस है ओहो, 273 ਕੇਲਵਿਨ ਦੇ ਬਰਾਬਰ ਹੁੰਦਾ ਹੈ। ਕਲੀਅਰ ਸਟੂਡੈਂਟ ਜਦੋਂ ਸੋ ਪੁੱਛਿਆ ਗਿਆ ਤਾਂ ਸਟੂਡੈਂਟ ਸੋ ਅਸੀਂ ਇਸ ਦੇ ਵਿੱਚ ਹੋਰ ਐਡ ਕਰਕੇ ਬਣੇਗਾ 373 ਕੇਲਵਿਨ। ਕਲੀਅਰ ਸਟੂਡੈਂਟ ਤੁਸੀਂ ਯਾਦ ਰੱਖਣਾ ਕਿ 0 ਡਿਗਰੀ ਸੈਲਸੀਅਸ ਬਰਾਬਰ ਹੈ 273 ਕੇਲਵਿਨ। ਤਾਂ ਸਟੂਡੈਂਟ ਕਈ ਵਾਰ ਕੁਐਸਚਨ ਇਹ ਆ ਜਾਂਦਾਗਾ ਕਿ 300 ਡਿਗਰੀ 300 ਕੇਲਵਿਨ ਕਿੰਨੇ ਡਿਗਰੀ ਸੈਲਸੀਅਸ ਦੇ ਬਰਾਬਰ ਹੈ? तो तुम्हें की करना स्टूडेंट इस दो सौ तिहत्तरों तीन सौ दो सौ तिहत्तर माइनस कर देना ता student, तो यह आ जाएगा सताई डिग्री सैलसीयस क्लीयर स्टूडेंट जेकर सैलसीयस दिता हो कैलविन गया है तो स्टूडेंट उस तिहत् एड कर देना जेकर कैलविन दिता हो उसन डिग्री सैलसीयस बदलना है तो उस सौ तिहत् माइनस कर देना क्लीयर स्टूडेंट अपने को सौ डिग्री सैलसीयस दिता हो ਤਾਂ ਮੈਂਨੇ ਕੀ ਕੀਤਾ ਸਟੂਡੈਂਟ ਇਸੇ 100 ਦੇ ਵਿੱਚ 273 ਐਡ ਕੀਤਾ ਤਾਂ ਅਨਸਰ ਬਣਿਆ 373 ਕੈਲਵਿਨ ਚੱਲਦੇ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੁੱਕੀ ਬਰਫ਼ ਕਿਹਾ ਜਾਂਦਾ ਹੈ ਸਟੂਡੈਂਟ ਬਹੁਤ ਇੰਪੋਰਟੈਂਟ ਸੁੱਕੀ ਬਰਫ਼ ਕਿਹਾ ਜਾਂਦਾ ਹੈ ਸਟੂਡੈਂਟ ਠੋਸ ਕਾਰਬਨ ਡਾਈਆਕਸਾਈਡ ਨੂੰ ਠੋਸ ਕਾਰਬਨ ਡਾਈਆਕਸਾਈਡ ਜਿਹਦਾ ਫਾਰਮੂਲਾ CO2 ਹੈ ਇਸ ਨੂੰ ਸੁੱਕੀ ਬਰਫ਼ ਕਿਹਾ ਜਾਂਦਾ ਹੈ ਸਟੂਡੈਂਟ ਡਰਾਈ ਆਈਸ ਕਿਹਾ ਜਾਂਦਾ ਹੈ ਤੁਸੀਂ ਯਾਦ ਰੱਖ ਸਕਦੇ ਹੋ ਇੰਗਲਿਸ਼ ਚ ਇਸ ਨੂੰ ਡਰਾਈ ਆਈਸ ਕੇ ਹੈਂਦਾ ਸਟੂਡੈਂਟ ਇਸ ਦੀ ਵਰਤੋਂ ਹੈ ਜਿਹੜੀ ਉਹ ਮੈਡੀਕਲ ਦੇ ਵਿੱਚ ਮੈਡੀਸਨ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ। ਪਲੀਜ਼ ਸਟੂਡੈਂਟ ਸਟੂਡੈਂਟ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਪਲੇਲਿਸਟ ਦੇ ਵਿੱਚ ਜਾ ਕੇ ਬਾਕੀ ਵੀਡੀਓ ਜਰੂਰ ਦੇਖੋ। ਚਲਦੇ ਹਾਂ ਸਟੂਡ ਨੈਕਸਟ ਕੁਐਸਚਨ ਦੇ ਉੱਪਰ। ਬਾਸ਼ਪੀਕਰਨ ਨੂੰ ਕਿਹੜੇ ਕਾਰਕ ਪ੍ਰਭਾਵਿਤ ਕਰਦੇ ਨੇ? ਦੇਖੋ ਸਟੂਡ ਨੂੰ ਬਾਸ਼ਪੀਕਰਨ ਹੁੰਦਾ ਕੀ ਹੈ ਤੁਹਾਨੂੰ ਪਤਾ ਹੋਏਗਾ। ਕੀ ਵਾਸ਼ਪੀਕਰਨ ਚੁਕੀ ਹੈ ਕਿ ਜਿਹੜਾ ਇਹ ਪਾਣੀ ਹੈ ਜੇਕਰ ਪਾਣੀ ਦੀ ਵਾਸ਼ਪੀ ਦੀ ਗੱਲ ਕਰੀਏ ਤਾਂ ਪਾਣੀ ਜਿਹੜਾ ਉਹ ਭਾਪ ਬਣ ਕੇ ਉੱਡਦਾ ਹੈ ਠੀਕ ਹੈ ਜੀ ਨਮਕਾ ਜਿਹੜਾ ਉਹ ਵਾਸ਼ਪਕਨ ਵਿਧੀ ਦੇ ਰਾਹੀਂ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਸਟੂਡੈਂਟ ਜੇਕਰ ਬਾਸ਼ਪੀਕਰਨ ਅਸੀਂ ਵਧਾਉਣਾ ਜਾਂ ਘਟਾਉਣਾ ਕਿਹੜੇ ਕਾਰਕ ਪਹਿਲੀ ਗੱਲ ਸੁਣੋ ਸਤਹ ਦਾ ਖੇਤਰਫਲ ਜਿੰਨਾ ਖੇਤਰਫਲ ਜ਼ਿਆਦਾ ਹੋਏਗਾ ਬਾਸ਼ਪੀਕਰਨ ਉਨਾ ਹੀ ਜ਼ਿਆਦਾ ਹੋਏਗਾ ਐਗਜ਼ਾਮਪਲ ਸੁਣੋ ਸਟੂਡੈਂਟ ਦੇਖੋ ਜੇਕਰ ਅਸੀਂ ਕੱਪੜੇ ਸੁਕਾਉਣੇ ਆ ਤਾਂ ਕੱਪੜੇ ਵੀ ਤਾਂ ਬਾਸ਼ਪੀਕਰਨ ਨਾਲ ਹੀ ਸੁੱਕਦੇ ਨੇ ਜੇਕਰ ਤੁਸੀਂ ਉਸ ਕੱਪੜੇ ਨੂੰ ਇਸ ਤਰ੍ਹਾਂ ਹੀ ਇਕੱਠਾ ਕਰਕੇ ਰੱਖ ਦੋਗੇ ਤਾਂ ਉਹ ਜਲਦੀ ਨਹੀਂ ਸੁਕੇਗਾ ਪਰ ਜੇਕਰ ਉਸ ਕੱਪੜੇ ਨੂੰ ਤੁਸੀਂ ਇਸ ਤਰ੍ਹਾਂ ਪੂਰੀ ਫੈਲਾ ਕੇ ਸਿੱਡ ਦੋਗੇ ਤਾਂ ਉਹ ਜਲਦੀ ਸੁੱਕ ਜਾਂਦਾ ਕਿਉਂ ਸਟੂਡੈਂਟ ਕਿਉਂਕਿ ਤੁਸੀਂ ਇਸ ਕੱਪੜੇ ਦਾ ਖੇਤਰਫਲ ਵਧਾ ਦਿੱਤਾ ਇਸ ਨੂੰ ਤੁਸੀਂ ਇਸ ਤਰ੍ਹਾਂ ਫਲਾਕੇ ਰੱਖਿਆ ਤਾਂ ਇਸ ਦਾ ਖੇਤਰਫਲ ਵੱਧ ਗਿਆ ਇਹਦੇ ਵਿੱਚ ਬਾਸ਼ਪੀਕਰਨ ਵੀ ਵਧੇਗਾ ਦੂਜਾ ਸਟੂਡੈਂਟ ਤਾਂ ਮੈਂ ਸਿੰਪਲ ਜੀ ਗੱਲ ਹੈ ਸਟੂਡੈਂਟ ਹੁਣ ਜੂ ਮਹੀਨਾ ਮਹੀਨਾ ਚੱਲ ਰਿਹਾ ਤਾਮਨ ਜਿਆਦੇ ਹਨ ਕਪੜੇ ਜਲਦੀ ਸੁੱਕਦੇ ਨੇ ਕਿਉਂਕਿ ਬਾਸ਼ਪਿਕਨ ਜਿਆਦਾ ਹੈ ਸਰਦੀਆਂ ਦੇ ਕਪੜੇ ਲੇਟ ਸੁੱਕਦੇ ਨੇ ਕਿਉਂਕਿ ਬਾਸ਼ਪਿਕਨ ਘੱਟ ਹੈ ਕਿਉਂ ਕਿ ਤਾਮਨ ਘੱਟ ਹੈ ਇਟ ਮੀਨਸ ਤਾਮਨ ਵਧਾਉਣ ਦੇ ਨਾਲ ਵੀ ਬਾਸ਼ਪਿਕਨ ਵਧ ਜਾਂਦਾ ਹੈ ਖੁਸ਼ਕਵਾ ਸਟੂਡੈਂਟ ਹੁਣ ਦੇਖੋ ਮੌਸਮ ਕਿਹੋ ਜਿਹਾ ਖੁਸ਼ਕਵਾ ਚੱਲ ਰਹੀ ਹੈ ਤਾਂ ਇਸ ਖੁਸ਼ਕਵਾ ਦੇ ਕਾਰਨ ਕਪੜੇ ਜਲਦੀ ਸੁੱਕਦੇ ਨੇ ਸੋ ਖੇਤਰਫਲ ਵਧਾਉਣ ਦੇ ਨਾਲ ਤਾਮਨ ਵਧਾਉਣ ਦੇ ਨਾਲ ਤੇ ਖੁਸ਼ਕਵਾ ਦੇ ਨਾਲ ਬਾਸ਼ਪਿਕਨ ਵਧੇਗਾ ਇਟ ਮੀ ਤੁਹਾਡਾ ਆਨਸਰ ਬਣੇਗਾ ਡੀ ਪਲੀਜ਼ ਸਟੂਡੈਂਟ ਜਾਣਕਾਰੀ ਚੰਗੀ ਲੱਗੀ ਹੋਏਗੀ ਸਟੂਡੈਂਟ ਇਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਨੈਕਸਟ ਸਟੂਡੈਂਟ ਹੇਠ ਲਿਖਿਆਂ ਵਿੱਚੋਂ ਕਿਹੜਾ ਰਸਾਇਣਕ ਪਰਿਵਰਤਨ ਹੈ ਸਟੂਡੈਂਟ ਦੇਖੋ ਦੋ ਤਰ੍ਹਾਂ ਦੇ ਪਰਿਵਰਤਨ ਹੁੰਦੇ ਨੇ ਇੱਕ ਹੁੰਦਾ ਹੈ ਰਸਾਇਣਿਕ ਤੇ ਦੂਜਾ ਹੁੰਦਾ ਹੈ ਭੌਤਿਕ ਹੁਣ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੌਣ ਰਸਾਇਣਿਕ ਪਰਿਵਰਤਨ ਹੈ ਤੇ ਕਿਹੜਾ ਭੌਤਿਕ ਸਟੂਡੈਂਟ ਯਾਦ ਰੱਖਣਾ ਜੇਕਰ ਕੋਈ ਨਵਾਂ ਪਦਾਰਥ ਬਣੇ ਜੇਕਰ ਨਵਾਂ ਪਦਾਰਥ ਬਣੇਗਾ ਸਟੂਡੈਂਟ ਤਾਂ ਉਹ ਪਰਿਵਰਤਨ ਹੋਏਗਾ ਰਸਾਇਣਿਕ ਜੇਕਰ ਨਵਾਂ ਪਦਾਰਥ ਨਹੀਂ ਬਣੇਗਾ ਤਾਂ ਹੋਵੇਗਾ ਭੌਤਿਕ ਸਟੂਡੈਂਟ ਦੇਖੋ ਪਾਣੀ ਦਾ ਜੰਮਣਾ ਪਾਣੀ ਜੰਮਣ ਤੋਂ ਬਾਅਦ ਬਰਫ ਰਿਹਾ ਤਾਂ ਪਾਣੀ ਹੀ ਨਾ ਤਾਂ ਇਟ ਮੀਨਸ ਇੰਚ ਕੋਈ ਨਵੀਂ ਚੀਜ਼ ਨਹੀਂ ਬਣੀ ਰੇਤ ਤੇ ਲੋਹੇ ਦਾ ਚੂਰਨ ਮਿਲਾਉਣਾ ਸਟੂਡੈਂਟ ਰੇਤ ਸੀ ਲੋਹਾ ਸੀ ਦੋਨਾਂ ਨੂੰ ਮਿਲਾਤਾ ਹੁਣ ਜਦੋਂ ਉਹ ਮਿਲ ਗਿਆ ਤਾਂ ਉਦੋਂ ਮਗਰੋਂ ਰੇਤ ਵੀ ਉਸ ਵਿੱਚ ਹੈ ਤੇ ਲੋਹਾ ਵੀ ਉਸ ਵਿੱਚ ਹੈ ਕੁਝ ਨਵਾਂ ਪਦਾਰਥ ਨਹੀਂ ਬਣਿਆ ਪੈਟਰੋਲ ਦਾ ਉੱਡਣਾ ਸਟੂਡੈਂਟ ਪੈਟਰੋਲ ਉੱਡ ਗਿਆ ਉੱਡ ਕੇ ਬਾਸ਼ਪੀਕਰਨ ਹੋ ਗਿਆ ਕੁਝ ਵੀ ਨਹੀਂ ਬਚਿਆ ਨਵਾਂ ਪਦਾਰਥ ਨਹੀਂ ਬਣਿਆ ਪਰ ਲੋਹੇ ਨੂੰ ਜੰਗ ਲੱਗਣਾ ਸਟੂਡੈਂਟ ਤੁਸੀਂ ਦੇਖਦੇ ਹੋ ਜਦੋਂ ਲੋਹੇ ਨੂੰ ਜੰਗ ਲੱਗਦੀ ਹੈ ਤਾਂ ਲੋਹੇ ਦੀ ਸਤ੍ਹਾ ਦੇ ਉੱਪਰ ਇੱਕ ਨਵਾਂ ਪਦਾਰਥ ਬਣਦਾ ਹੈ ਉਹ ਲੋਹਾ ਨਹੀਂ ਹੁੰਦਾ ਸਟੂਡੈਂਟ ਉਹ ਫੈਰਸ ਆਕਸਾਈਡ ਹੁੰਦਾ ਹੈ ਕਲੀਅਰ ਸਟੂਡੈਂਟ ਉਹ ਹੋਏਗਾ ਫੈਰਸ ਆਕਸਾਈਡ ਸੋ ਨਵਾਂ ਪਦਾਰਥ ਬਣਿਆ ਤਾਂ ਇਸ ਨੂੰ ਕਹਾਂਗੇ ਲੋਹੇ ਨੂੰ ਜੰਗ ਲੱਗਣਾ ਨੂੰ ਅਸੀਂ ਰਸਾਇਣਕੀ ਪਰਿਵਰਤਨ ਕਹਾਂਗੇ ਤਾਂ ਸਟੂਡੈਂਟ ਤੁਸੀਂ ਯਾਦ ਰੱਖੋਗੇ ਕਿ ਇਹ ਬਾਕੀ ਦੇ ਸਾਰੇ ਭੌਤਿਕ ਪਰਿਵਰਤਨ ਹੈ ਜੇਕਰ ਤੁਸੀਂ ਪਾਣੀ ਦੇ ਵਿੱਚ ਨਮਕ ਮਿਲਾਉਂਦੇ ਹੋ ਤਾਂ ਕੁਝ ਵੀ ਨਵਾਂ ਪਦਾਰਥ ਨਹੀਂ ਬਣਦਾ ਉਹ ਇੱਕ ਭੌਤਿਕ ਪਰਿਵਰਤਨ ਹੈ क्लीयर स्टूडेंट जेकर के लकड़ी के टुकड़े कटते हो तो भौतिक परिवर्तन है लकड़ी का टुकड़ा तो बाद भी लकड़ी का टुकड़ा ही रहा उस भी भी परिवर्तन नवी पदार्थ नहीं बनिया सो जेकर नवे पदार्थ बने तो वह रसायनिक परिवर्तन होगा क्लीयर स्टूडेंट चलते हैं स्टूडेंट नैक्स क्वेश्चन के उपर हेटलिंग तत्व नहीं है स्टूडेंट हेटलिंग तत्व नहीं है देखो स्टूडेंट ਇਸ ਦਾ ਆਨਸਰ ਆਏਗਾ ਮਿੱਟੀ ਸਟੂਡੈਂਟ ਸੋਡੀਅਮ ਇੱਕ ਤੱਤ ਹੈ ਇਸ ਨੂੰ ਐਨ ਏ ਦੇ ਨਾਲ ਲਿਖਿਆ ਜਾਂਦਾ ਤੇ ਇਸ ਦਾ ਪਰਮਾਣੂ ਸੰਕਿਆ ਹੈ ਸਟੂਡੈਂਟ 11 ਯਾਦ ਰੱਖੋਗੇ ਸਟੂਡੈਂਟ ਚਾਂਦੀ সিলਵਰ ਇਸ ਦਾ ਫਾਰਮੂਲਾ ਐਟੋਮਿਕ ਨੰਬਰ ਇਸ ਨੂੰ সিলਵਰ ਜੀ ਲਿਖਿਆ ਜਾਂਦਾ ਹੈ ਤੇ ਇਹਦਾ ਜਿਹੜਾ ਐਟੋਮਿਕ ਨੰਬਰ ਹੈ ਸਟੂਡੈਂਟ ਉਹ ਹੈ 47 ਪਰਮਾਣੂ ਸੰਕਿਆ ਹੈ 47 ਨੈਕਸਟ ਸਿਲੀਕਨ ਇਸ ਦਾ ਜੋ ਫਾਰਮੂਲਾ ਹੈ ਐਟੋਮਿਕ ਰੀਪਰੈਜੈਂਟੇਸ਼ਨ ਇਸ O E S I ਤੇ ਜੋ ਇਹਦਾ ਐਟੋਮਿਕ ਨੰਬਰ ਹੈ ਸਟੂਡੈਂਟ ਉਹ ਹੈ 14 ਪਰ ਮਿੱਟੀ ਦਾ ਕੋਈ ਵੀ ਰੀਪਰੈਜੈਂਟੇਸ਼ਨ ਨਹੀਂ ਹੈਗੀ ਮਿੱਟੀ ਕੀ ਹੈ ਇਹ ਸਾਡੇ ਕੋਲ ਤੱਤ ਨਹੀਂ ਹੈ ਮਿੱਟੀ ਨੂੰ ਤੁਸੀਂ ਮਿਸ਼ਰਣ ਕਹਿ ਸਕਦੇ ਹੋ ਸਟੂਡੈਂਟ ਕਿਉਂਕਿ ਮਿੱਟੀ ਹੈ ਜਿਹੜੀ ਉਹ ਵੱਖ-ਵੱਖ ਪਦਾਰਥਾਂ ਤੋਂ ਮਿਲ ਕੇ ਬਣੀ ਹੈ ਮਿੱਟੀ ਦੇ ਵਿੱਚ ਬਹੁਤ ਸਾਰੇ ਮਿਕਸਚਰ ਨੇ ਬਹੁਤ ਸਾਰੇ ਪਦਾਰਥ ਮਿਲ ਕੇ ਹੋਏ ਨੇ ਇਸ ਕਰਕੇ ਇਸ ਨੂੰ ਮਿਸ਼ਰਣ ਕਹਿ ਸਕਦੇ ਹਾਂ ਤੱਤ ਨਹੀਂ ਕਹਾਂਗੇ ਪਲੀਜ਼ ਸਟੂਡੈਂਟ चलते हैं स्टूडेंट नैक्स क्वेश्चन के उपर जेकर जानकारी चंकी लग रही प्लीज चैनल जरूर करो स्टूडेंट तो स्टूडेंट सान है वह है कि दबा की एकाई की है स्टूडेंट दबा जाने की प्रैशर इसकी की है स्टूडेंट प्रैशर है जो इसकी एक है पासकल तो नू सारे नू पता है कि इसकी एकसकल है पर स्टूडेंट प्रॉब्लम यह है कि पासकलू चार ऑप्शन के किस तरह रीप्रजेंट किया ਜਾਂਦਾ ਹੈ ਤਾਂ ਸਟੂਡੈਂਟ ਪਾਸਕਲ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਪੀ ਕੈਪੀਟਲ ਤੇ a ਸਮਾਲ অপਸ਼ਨ ਬਣੇਗਾ b ਕਲੀ ਸਟੂਡੈਂਟ ਪਲੀਜ਼ ਇਸ ਨੂੰ ਯਾਦ ਰੱਖਿਓ ਕਿਉਂਕਿ ਦੇਖੋ ਜੇਕਰ ਮੈਂ ਤੁਹਾਨੂੰ ਕਹਾ ਕਿ ਪੀ ਐਚ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਸਟੂਡੈਂਟ ਤਾਂ ਤੁਸੀਂ ਦੇਖੋਗੇ ਪੀ ਐਚ ਦੀ ਗੱਲ ਆਪਾਂ ਨੇ ਕੀਤੀ ਸੀ ਇੱਕ ਚੈਪਟਰ ਦੇ ਵਿੱਚ ਇਸ ਨੂੰ ਬੋਲਿੰਦਾ ਪਾਵਰ ਆਫ ਹਾਈਡਰੋਜਨ ਪਾਵਰ ਆਫ ਹਾਈਡਰੋਜਨ ਜਿਹੜਾ ਕਿ ਸਾਨੂੰ ਐਸਿਡ ਜਾਂ ਬੇਸ ਦੱਸਦਾਗਾ ਪਾਣੀ ਦਾ ਜਿਹੜਾ ਪੀ ਐਚ ਹੈ ਉਹ सैवन होंगे है जेकर पी एच सैवन तो घट होएगा हो हो तो वह एसिड कहे जेकर पी एच सैवन तो वाद होएगा तो हो वह बेस कहानगे जिसन अं खार कहने एसिड को अभी अमल कहने पर स्टूडेंट क्वेश्चन यह है देखो कि पी एच जो लिखा जा जाता तो है तो पी छोटी लिखी जाती है एच बढ़ा लिखा जाए गा पर इतूडेंट जो पासकल लिखा जाएगा तो स्टूडेंट पी व्डा तोटा कलियर स्टूडेंट तुम याद रखोगे कि जो स्टूडेंट वन पासकल है वह होगा वन उसी न्यूटन पर मीटर स्केयर पास्कल का याद रखोगे वन न्यूटन पर मीटर स्केयर स्टूडेंट ना ही याद रखोगे कि जो पासकल शब्द है यह सैंटिस्ट बलेज पासकल के नाते पिया पास्कल बलेज पासकल ने यह जो पासकल यूनिट है स्टूडेंट वो ड्राइव ਕਿੱਤੇ ਸੀ ਤਾਂ ਸਟੂਡੈਂਟ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੀ ਤਾਂ ਸਟੂਡੈਂਟ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਸਕਰੀਨ ਤੇ ਜੋ ਵੀਡੀਓ ਸ਼ੋ ਹੋ ਰਹੀਆਂ ਨੇ ਉਹਨਾਂ ਨੂੰ ਜਰੂਰ ਦੇਖੋ ਪਲੇਲਿਸਟ ਦੇ ਵਿੱਚ ਜਾ ਕੇ ਵੀ ਤੁਸੀਂ ਬਾਕੀ ਦੀਆਂ ਵੀਡੀਓਜ਼ ਦੇਖ ਸਕਦੇ ਹੋ ਧੰਨਵਾਦ ਸਟੂਡੈਂਟ